ਸਤਿ ਸ਼੍ਰੀ ਅਕਾਲ। ਪੰਜਾਬ ਮਿਲ USA TV ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਸੀਂ ਵੇਖ ਰਹੇ ਹੋ ਮੁੱਦਾ। ਅੱਜ ਅਸੀਂ ਗੱਲ ਕਰਾਂਗੇ ਇੰਡੀਆ ਇੰਟਰਨੈਸ਼ਨਲ ਦੀ। ਬਾਈਡਨ, ਜੋ ਬਾਈਡਨ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਮੈਂ ਜ਼ਰੂਰ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਵਾਸਤੇ ਮੈਦਾਨ ਵਿੱਚ ਰਵਾਂਗਾ। ਇੱਕ ਘੰਟੇ ਦੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਔਰ ਜਿਹਦੇ ਵਿੱਚ ਉਹਨਾਂ ਨੇ ਆਪਣੀਆਂ ਵਿਦੇਸ਼ੀ ਅਤੇ ਘਰੇਲੂ ਨੀਤੀ ਦੀ ਮਜ਼ਬੂਤੀ ਦੀ ਗੱਲ ਕੀਤੀ ਹੈ, ਆਪਣੀ ਯੋਗਤਾ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ। ਐਂਡ ਹੀ ਸੇਜ਼ ਹੀ ਵਿਲ ਸਟੇ ਇਨ ਦ ਰੇਸ। ਸੋ ਇਹ ਸਾਰੀਆਂ ਗੱਲਾਂ ਨੇ ਕਿ ਹਰ ਉਸ ਸੁਝਾਅ ਨੂੰ ਉਹਨਾਂ ਨੇ ਥੱਲੇ ਪਾ ਦਿੱਤਾ, ਮਤਲਬ ਖਤਮ ਕਰ ਦਿੱਤਾ, ਜੋ ਇਹ ਸੰਕੇਤ ਕਰਦਾ ਹੈ ਕਿ ਜੋ ਬਾਈਡਨ ਕਮਜ਼ੋਰ ਨੇ, ਜੋ ਬਾਈਡਨ ਦੀ ਪਾਪੂਲੈਰਿਟੀ ਥੱਲੇ ਜਾ ਰਹੀ ਹੈ। ਉਹਨਾਂ ਨੇ ਹਰ ਉਸ ਸੰਕੇਤ ਨੂੰ ਕੈਂਸਲ ਕਰ ਦਿੱਤਾ ਜੋ ਗਿਰਾਵਟ ਦਾ ਸੰਕੇਤ ਦਿੰਦਾ। ਅਤੇ ਨਾਟੋ ਸੰਮੇਲਨ ਦੇ ਵਿੱਚ ਜੋ ਉਹਨਾਂ ਨੇ ਪ੍ਰੋਮਿਸ ਕੀਤੇ ਨੇ ਯੂਕਰੇਨ ਨੂੰ ਰਹਿ ਕੇ, ਉਸ ਨੂੰ ਉਹਨਾਂ ਨੇ ਮੁੜ ਦੁਹਰਾਇਆ ਕਿ ਅਸੀਂ ਯੂਕਰੇਨ ਦੇ ਨਾਲ ਖੜ੍ਹੇ ਹਾਂ, ਸਾਰੇ ਨਾਟੋ ਕੰਟਰੀਜ਼ ਜਿੱਥੇ ਤੱਕ ਲੋੜ ਪੈਣੀ ਹੈ ਅਸੀਂ ਸਹਾਇਤਾ ਦੇਣੀ ਹੈ। ਰੋਨਾਲਡ ਰੀਗਨ ਤੋਂ ਬਾਅਦ ਉਹ ਇੱਕ ਐਸੇ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਨੇ ਘੱਟ ਪ੍ਰੈਸ ਕਾਨਫਰੰਸਿਸ ਕੀਤੀਆਂ ਨੇ, ਪਰ ਜਿੰਨੀਆਂ ਵੀ ਕੀਤੀਆਂ ਨੇ ਬੜੀਆਂ ਸੋਲਿਡ ਕੀਤੀਆਂ ਨੇ, ਲਾਈਕ ਰੋਨਾਲਡ ਰੀਗਨ। ਔਰ ਉਹਨਾਂ ਦਾ ਇਹ ਜੋ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਵਾਸਤੇ ਦੌੜ ਦਾ ਕੈਂਪੇਨ ਹੈ, ਇਹਨੂੰ ਖਾਸ ਤੌਰ 'ਤੇ ਦੇਖਿਆ ਜਾ ਰਿਹਾ ਹੈ, ਇਹਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਪਿੱਛੇ ਹਟਣ ਵਾਸਤੇ ਕਈ ਕਾਲਸ ਵੀ ਆ ਰਹੀਆਂ ਨੇ, ਕਈ ਲੋਕ ਕਹਿ ਵੀ ਰਹੇ ਨੇ, ਪਬਲਿਕ ਵਿੱਚੋਂ ਵੀ ਆਵਾਜ਼ਾਂ ਉੱਠਦੀਆਂ ਪਈਆਂ ਨੇ, ਔਰ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਟ ਹੀ ਇਜ਼ ਕੁਆਇਟ ਕੌਨਫੀਡੈਂਟ ਐਂਡ ਹੀ ਸੇਜ਼ ਕਿ ਮੈਂ ਇਹ ਰੇਸ ਨਹੀਂ ਛੱਡਾਂਗਾ ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਕੋਲ ਜਿੱਤਣ ਦਾ ਮੌਕਾ ਹੈ ਅਤੇ ਮੇਰੇ ਕੋਲ ਆਪਣੀ ਕੰਟਰੀ ਨੂੰ ਸਰਵ ਕਰਨ ਦਾ, ਆਪਣੇ ਲੋਕਾਂ ਦੀ ਸਹਾਇਤਾ ਕਰਨ ਦਾ, ਆਪਣੇ ਲੋਕਾਂ ਦੀ ਸੇਵਾ ਕਰਨ ਦਾ ਇਹ ਮੌਕਾ ਹੈ। ਅਤੇ ਮੈਂ ਇੱਦਾਂ ਦੀ ਕੋਈ ਯੋਜਨਾ ਨਹੀਂ ਬਣਾ ਰਿਹਾ ਕਿ ਮੈਂ ਇਹ ਸਪੇਸ ਕਿਸੇ ਹੋਰ ਨੂੰ ਦੇ ਦੇਵਾਂ ਔਰ ਇਸ ਦੌੜ ਤੋਂ ਬਾਹਰ ਨਿਕਲ ਆਵਾਂ। ਕਮਲਾ ਹੈਰਿਸ ਵੱਲ ਉਹਨਾਂ ਦਾ ਸੰਕੇਤ ਹੈ ਕਿ ਮੈਂ ਇਹ ਸਪੇਸ ਕਿਸੇ ਲਈ ਨਹੀਂ ਛੱਡ ਰਿਹਾ ਔਰ ਮੈਂ ਇਹ ਸਪੇਸ ਨਹੀਂ ਬਣਾ ਰਿਹਾ ਕਿਸੇ ਹੋਰ ਵਾਸਤੇ। ਔਰ ਮੇਰੀ ਟੀਮ ਦੇ ਵਿੱਚੋਂ ਕੋਈ ਵੀ ਮੈਨੂੰ ਇਹ ਨਹੀਂ ਕਹਿ ਰਿਹਾ ਕਿ ਤੁਹਾਡੇ ਜਿੱਤਣ ਦਾ ਕੋਈ ਵੀ ਤਰੀਕਾ ਬਾਕੀ ਨਹੀਂ ਰਹਿ ਗਿਆ, ਅਤੇ ਨਾ ਹੀ ਕੋਈ ਸਰਵੇ, ਕੋਈ ਪੋਲ ਸਰਵੇ ਇਹ ਗੱਲ ਕਹਿੰਦੀ ਆ ਕਿ ਮੈਂ ਜਿੱਤ ਨਹੀਂ ਸਕਦਾ, ਮਤਲਬ ਹੀ ਇਜ਼ ਕੁਆਇਟ ਕੌਨਫੀਡੈਂਟ। ਸੋ ਇੱਕ ਚੀਜ਼ ਜੋ ਉਹਨਾਂ ਨੂੰ ਬਾਰ ਬਾਰ ਕਹੀ ਜਾ ਰਹੀ ਹੈ ਕਿ ਤੁਹਾਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ। ਹੀ ਸੇਜ਼ ਕਿ ਹੋਰ ਕੈਂਡੀਡੇਟ ਵੀ ਹੈਗੇ ਨੇ ਮੇਰੀ ਪਾਰਟੀ ਦੇ ਵਿੱਚ ਜੋ ਇਸ ਲੈਵਲ 'ਤੇ ਖੇਡ ਸਕਦੇ ਨੇ ਕਿ ਉਹ ਡੋਨਲਡ ਟਰੰਪ ਨੂੰ ਹਰਾ ਸਕਦੇ ਨੇ, ਪਰ ਉਹਨਾਂ ਨੂੰ ਸਭ ਕੁਝ ਮੁੜ ਤੋਂ ਕਰਨਾ ਪਏਗਾ, ਸ਼ੁਰੂ ਤੋਂ ਕਰਨਾ ਪਏਗਾ, ਅਤੇ ਮੇਰੀ ਪੂਰੀ ਤਿਆਰੀ ਹੈ। ਇਸ ਕਰਕੇ ਮੇਰੇ ਕੋਲ ਇੰਨਾ ਵਕਤ ਨਹੀਂ, ਟੀਮ ਕੋਲ ਇੰਨਾ ਵਕਤ ਨਹੀਂ, ਔਰ ਅਸੀਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ, ਫੰਡ ਰੇਜ਼ਿੰਗ ਸਾਡੀ ਹੋਰ ਹੋ ਰਹੀ ਹੈ ਔਰ ਮਜ਼ਬੂਤ ਰੈਲੀਜ਼ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਆਪਣੀਆਂ ਪੋਲਿਸੀਜ਼ ਜਨਤਾ ਤੱਕ ਪਹੁੰਚਾ ਰਹੇ ਹਾਂ, ਔਰ ਡੋਨਲਡ ਟਰੰਪ ਦੀ ਪੋਲਿਸੀ ਦੇ ਵਿੱਚ ਜੋ ਕਮੀ ਹੈ ਉਸ ਨੂੰ ਵੀ ਜਨਤਾ ਤੱਕ ਪਹੁੰਚਾ ਰਹੇ ਹਾਂ। ਔਰ ਉਹਨਾਂ ਦਾ, ਯਾਨੀ ਕਿ ਜੋ ਬਾਈਡਨ ਦਾ ਪ੍ਰੈਜ਼ੀਡੈਂਟ ਦੇ ਅਹੁਦੇ 'ਤੇ ਬਣੇ ਰਹਿਣਾ ਜ਼ਰੂਰੀ ਹੈ ਤਾਂ ਕਿ ਅਮੈਰੀਕਾ ਦੀ ਪ੍ਰੋਗਰੈਸ, ਸਸਟੇਨੇਬਲ ਡਿਵੈਲਪਮੈਂਟ ਲਗਾਤਾਰ ਚੱਲਦੀ ਰਹੇ। ਸੋ ਜੋ ਬਾਈਡਨ ਦੀ ਮਾਨਸਿਕ ਸਥਿਤੀ ਦੇ ਉੱਤੇ ਗੱਲਾਂ ਹੁੰਦੀਆਂ ਨੇ, ਉਹਦਾ ਇਹ ਜਵਾਬ ਦਿੰਦੇ ਨੇ ਕਿ ਇਸ ਅਹੁਦੇ 'ਤੇ ਬਣੇ ਰਹਿਣ ਵਾਸਤੇ ਮੇਰੇ ਕੋਲ ਮੇਰੀ ਮਾਨਸਿਕ ਤੀਬਰਤਾ, ਕੁਇਕਨੈਸ, ਸ਼ਾਰਪਨੈਸ ਮੌਜੂਦ ਹੈ, ਤਾਂ ਹੀ ਤਾਂ ਮੈਂ ਇਸ ਅਹੁਦੇ 'ਤੇ ਬਣਿਆ ਹੋਇਆ। ਮੈਂ ਇੱਦਾਂ ਦੇ ਮਾਨਸਿਕ ਟੈਸਟ ਵਾਸਤੇ ਕਿਉਂ ਜਾਵਾਂ ਜਿਸ ਦੀ ਮੈਨੂੰ ਲੋੜ ਨਹੀਂ?
ਇਹ ਮੈਨੂੰ ਡੀਗ੍ਰੇਡ ਕਰਨ ਵਾਸਤੇ, ਇਹ ਮੈਨੂੰ ਬਦਨਾਮ ਕਰਨ ਵਾਸਤੇ ਇਹ ਗੱਲ ਕੀਤੀ ਜਾ ਰਹੀ ਹੈ, ਜਦਕਿ ਇੱਦਾਂ ਦੀ ਕੋਈ ਗੱਲ ਨਹੀਂ। ਮੈਂ ਮਾਨਸਿਕ ਤੌਰ 'ਤੇ ਬਿਲਕੁਲ ਤੰਦਰੁਸਤ ਹਾਂ ਅਤੇ ਵਾਈਟ ਹਾਊਸ ਦੀਆਂ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਵਾਸਤੇ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਮੇਰੀ ਟੀਮ ਨੂੰ ਮੇਰੇ ਉੱਤੇ ਪੂਰਾ ਭਰੋਸਾ ਹੈ ਔਰ ਕੋਈ ਵੀ ਮੈਨੂੰ ਇੱਦਾਂ ਦਾ ਸੁਝਾਅ ਨਹੀਂ ਦਿੰਦਾ। ਸੋ ਜੋ ਡੋਨਲਡ ਟਰੰਪ ਨੇ ਉਹਨਾਂ ਬਾਰੇ ਉਹ ਕਹਿੰਦੇ ਨੇ ਕਿ ਉਹਨਾਂ ਦੀਆਂ ਨੀਤੀਆਂ ਅਮੈਰੀਕਾ ਦੀ ਡੈਮੋਕ੍ਰੇਸੀ ਵਾਸਤੇ ਖਤਰਾ ਨੇ, ਜਾਂ ਅਮੈਰੀਕਾ ਦੀ ਡੈਮੋਕ੍ਰੇਸੀ ਦੇ ਹੱਕ ਵਿੱਚ ਨਹੀਂ, ਜਾਂ ਅਮੈਰੀਕਾ ਦੀ ਡੈਮੋਕ੍ਰੇਸੀ ਵਾਸਤੇ ਤੰਦਰੁਸਤ ਨਹੀਂ ਹੈਗੀਆਂ ਉਹਨਾਂ ਦੀਆਂ ਪੋਲਿਸੀਜ਼। ਇਸ ਕਰਕੇ ਮੈਂ ਦੁਬਾਰਾ ਚੋਣ ਲੜਨ ਲਈ ਦ੍ਰਿੜ ਹਾਂ। ਆਈ ਐਮ ਕੁਆਇਟ ਕੌਨਫੀਡੈਂਟ ਔਰ ਡਿਟਰਮਿੰਡ ਕਿ ਮੈਂ ਇਹਨਾਂ ਇਲੈਕਸ਼ਨਸ ਦੇ ਵਿੱਚ ਜ਼ਰੂਰ ਲੜਾਂਗਾ, ਕਿਉਂਕਿ ਬਹੁਤ ਸਾਰੇ ਕੰਮ ਨੇ ਜੋ ਮੈਂ ਪੂਰੇ ਕਰਨੇ ਨੇ ਔਰ ਇਹ ਕੰਮ ਮੈਂ ਪੂਰਾ ਜ਼ਰੂਰ ਕਰਨਾ ਹੈ, ਕਿਉਂਕਿ ਬਹੁਤ ਕੁਝ ਦਾਅ 'ਤੇ ਲੱਗਾ ਹੋਇਆ। ਸੋ ਇਹ ਗੱਲ ਜਿਹੜੀ ਇਹਨਾਂ ਨੇ ਕਹੀ ਹੈ, ਬਹੁਤ ਕੁਝ ਦਾਅ 'ਤੇ ਲੱਗਾ ਹੋਇਆ, ਉਹ ਕੀ ਚੀਜ਼ ਹੈ, ਇਹਦੇ ਬਾਰੇ ਵਿਚਾਰ ਕਰਨਾ ਪਏਗਾ ਅਮੈਰੀਕਾ ਦੀ ਜਨਤਾ ਨੂੰ ਕਿ ਦਾਅ 'ਤੇ ਕੀ ਲੱਗਾ ਹੋਇਆ। ਡੈਮੋਕ੍ਰੇਸੀ ਦਾਅ 'ਤੇ ਲੱਗੀ ਹੋਈ ਹੈ, ਫਿਊਚਰ ਦਾਅ 'ਤੇ ਲੱਗਾ ਹੋਇਆ, ਕੋਈ ਪੋਲਿਸੀਜ਼ ਨੇ ਇੱਦਾਂ ਦੀਆਂ, ਜਾਂ ਅਮੈਰੀਕਾ ਦੀ ਸਿਕਿਉਰਿਟੀ, ਹੈਲਥ ਸਿਸਟਮ, ਨਾਟੋ ਕੰਟਰੀਜ਼ ਦੇ ਵਿੱਚ ਜੋ ਖਰਚਾ ਹੋ ਰਿਹਾ ਹੈ, ਯੂਕਰੇਨ ਦੀ ਮਦਦ, ਇਜ਼ਰਾਈਲ ਦੀ ਮਦਦ, ਇਸ ਕਰਕੇ ਹੈਲਥ ਸਿਸਟਮ ਨਾਲ ਕੰਪਰੋਮਾਈਜ਼, ਕਿਆ ਅਮੈਰੀਕਾ ਦੀ ਇਕਾਨਮੀ ਮਜ਼ਬੂਤ ਨਹੀਂ ਰਹਿ ਗਈ, ਅਮੈਰੀਕਾ ਦੇ ਵਿੱਚ ਮਹਿੰਗਾਈ ਜ਼ਿਆਦਾ ਹੈ, ਬੈਂਕਸ ਦਾ ਕੀ ਹਾਲ ਹੈ, ਅਮੈਰੀਕਨ ਮਾਰਕੀਟ ਕਿੱਧਰ ਨੂੰ ਜਾ ਰਹੀ ਆ, ਫਾਈਨੈਂਸ਼ੀਅਲ ਮਾਰਕੀਟ ਕੀ ਕਹਿੰਦੀ ਪਈ ਆ, ਇਹ ਤਮਾਮ ਗੱਲਾਂ ਨੇ। ਦਾਅ 'ਤੇ ਕੀ ਲੱਗਾ ਹੋਇਆ, ਮਤਲਬ ਇਹ ਹੈ ਕਿ ਅਮੈਰੀਕਾ ਦਾ ਕਿਹੜਾ ਬਜਟ ਕਿੱਧਰੋਂ ਕੱਟ ਕੇ ਕਿੱਧਰ ਦਿੱਤਾ ਜਾ ਰਿਹਾ, ਹਿਊਮੈਨੀਟੇਰੀਅਨ ਗਰਾਊਂਡਸ ਦੇ ਉੱਤੇ ਜੋ ਅਮੈਰੀਕਾ ਦੀ ਜਨਤਾ ਦਾ ਭਲਾ ਹੋਣਾ ਚਾਹੀਦਾ ਹੈ, ਕਿ ਉਹਦੇ ਵਾਸਤੇ ਪ੍ਰੋਪਰ ਬਜਟ ਨਹੀਂ ਹੈ, ਉਹਨਾਂ ਦੀ ਭਲਾਈ ਨੂੰ ਦਾਅ 'ਤੇ ਲਾਇਆ ਗਿਆ ਅਤੇ ਬਜਟ ਕਿਤੇ ਹੋਰ ਸ਼ਿਫਟ ਕੀਤਾ ਜਾ ਰਿਹਾ, ਜੋ ਡੋਨਲਡ ਟਰੰਪ ਵੀ ਕਹਿੰਦੇ ਨੇ ਕਿ ਜੰਗਾਂ ਦੇ ਵਿੱਚ ਅਮੈਰੀਕਾ ਦਾ ਪੈਸਾ ਬਰਬਾਦ ਹੋ ਰਿਹਾ, ਜੋ ਅਮੈਰੀਕਾ ਦੇ ਹੈਲਥ ਕੇਅਰ ਸਿਸਟਮ ਉੱਤੇ ਖਰਚ ਹੋਣਾ ਚਾਹੀਦਾ। ਸੋ ਇਹ ਤਮਾਮ ਗੱਲਾਂ ਨੇ, ਪਰ ਰਾਸ਼ਟਰਪਤੀ ਬਾਈਡਨ ਜੋ ਇਹ ਕਹਿ ਰਹੇ ਨੇ, ਬਹੁਤ ਕੁਝ ਦਾਅ 'ਤੇ ਲੱਗਾ ਹੋਇਆ, ਇਸ ਕਰਕੇ ਮੇਰਾ ਇਹਨਾਂ ਚੋਣਾਂ ਦੇ ਵਿੱਚ ਬਣੇ ਰਹਿਣਾ ਜ਼ਰੂਰੀ ਹੈ, ਮੇਰਾ ਪ੍ਰੈਜ਼ੀਡੈਂਟ ਬਣੇ ਰਹਿਣਾ ਜ਼ਰੂਰੀ ਹੈ, ਉਸ ਚੀਜ਼ ਨੂੰ ਸਮਝਣਾ ਪਏਗਾ। ਸੋ ਡੋਨਲਡ ਟਰੰਪ ਇੱਧਰ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਬਿਲਕੁਲ ਮਜ਼ਬੂਤੀ ਨਾਲ ਖੜ੍ਹੇ ਨੇ ਅਤੇ ਉਹ ਚੁਣੌਤੀਪੂਰਨ ਦਾਅਵਾ ਕਰਦੇ ਨੇ ਕਿ ਅਸੀਂ ਆਪਣੇ ਵਿਰੋਧੀਆਂ ਨੂੰ ਹਰਾਵਾਂਗੇ, ਚਾਹੇ ਜੋ ਬਾਈਡਨ ਮੈਦਾਨ 'ਚ ਆ ਰਹੇ ਨੇ, ਚਾਹੇ ਉਹਨਾਂ ਦੀ ਥਾਂ ਦੇ ਉੱਤੇ ਕੋਈ ਹੋਰ ਰਿਪਲੇਸ ਕਰ ਲੈਣ, ਅਸੀਂ ਉਹਨਾਂ ਨੂੰ ਹਰਾਉਣਾ ਹੈ। ਕਿਉਂ? ਕਿਉਂਕਿ ਸਾਨੂੰ ਅਮੈਰੀਕਾ ਦੀ ਜਨਤਾ ਦਾ ਪੂਰਾ ਸਮਰਥਨ ਪ੍ਰਾਪਤ ਹੈ ਅਤੇ ਉਹ ਆਪਣੀਆਂ ਚੋਣ ਗਤੀਵਿਧੀਆਂ ਦੇ ਵਿੱਚ ਇਸ ਗੱਲ ਨੂੰ ਬਾਰ ਬਾਰ ਦੁਹਰਾਉਂਦੇ ਨੇ ਕਿ ਮੇਰਾ ਪਾਪੂਲੈਰਿਟੀ ਇੰਡੈਕਸ ਬਹੁਤ ਉੱਪਰ ਜਾ ਰਿਹਾ ਜੋ ਬਾਈਡਨ ਦੇ ਮੁਕਾਬਲੇ। ਡਿਬੇਟਸ ਦੇ ਵਿੱਚ ਮੈਂ ਜਿੰਨਾ ਆਪਣੀ ਪੋਲਿਸੀਜ਼ ਨੂੰ ਕਲੀਅਰ ਕਰ ਰਿਹਾ ਅਮੈਰੀਕਾ ਦੀ ਜਨਤਾ ਦੇ ਵਿੱਚ, ਜੋ ਬਾਈਡਨ ਉਸ ਲੈਵਲ 'ਤੇ ਕਲੀਅਰ ਨਹੀਂ ਕਰ ਪਾਉਂਦੇ, ਅਤੇ ਨਾਲ ਚੋਣਾਂ ਦੀਆਂ ਰੈਲੀਆਂ ਹੋ ਰਹੀਆਂ ਨੇ ਅਤੇ ਨਾਲ ਕੋਰਟ ਕੇਸ ਦੇ ਨਾਲ ਵੀ ਨਜਿੱਠਦੇ ਪਏ ਨੇ ਡੋਨਲਡ ਟਰੰਪ। ਡੋਨਲਡ ਟਰੰਪ ਦੀ ਜੋ ਲੀਗਲ ਟੀਮ ਹੈ ਉਹ ਕੋਰਟਸ ਦੇ ਵਿੱਚ ਪੇਸ਼ ਹੁੰਦੀ ਹੈ ਔਰ ਡੋਨਲਡ ਟਰੰਪ ਦਾ ਪੱਖ ਰੱਖਦੀ ਹੈ, ਹਾਲਾਂਕਿ ਸੁਪਰੀਮ ਕੋਰਟ ਵੱਲੋਂ ਕਾਫੀ ਰਾਹਤ ਮਿਲ ਚੁੱਕੀ ਹੈ ਡੋਨਲਡ ਟਰੰਪ ਨੂੰ, ਬਟ ਕੇਸਿਸ ਹਜੇ ਪੈਂਡਿੰਗ ਨੇ। ਸੋ ਇਸ ਕਰਕੇ ਪ੍ਰੈਸ ਕਾਨਫਰੰਸ
ਕੈਂਪੇਨਸ, ਰੈਲੀਸ, ਇਹ ਸਭ ਕੁਝ ਚੱਲ ਰਹੀਆਂ ਨੇ, ਨਾਲ ਲੀਗਲ ਟੀਮ ਆਪਣਾ ਕੰਮ ਕਰ ਰਹੀ ਹੈ, ਔਰ ਲੀਗਲ ਟੀਮ ਦੇ ਨਾਲ ਪੂਰੇ ਸੰਪਰਕ ਵਿੱਚ ਨੇ ਡੋਨਲਡ ਟਰੰਪ, ਔਰ ਉਹਨਾਂ ਦੇ ਵਕੀਲ ਲਗਾਤਾਰ ਜਾ ਕੇ ਕੋਰਟ ਦੇ ਵਿੱਚ ਇਹ ਦਲੀਲਾਂ ਦਿੰਦੇ ਨੇ ਕਿ ਸੁਪਰੀਮ ਕੋਰਟ ਦੀ ਜੋ ਜਜਮੈਂਟ ਹੈ ਕਿ ਡੋਨਲਡ ਟਰੰਪ ਦੇ ਉੱਤੇ ਕੋਈ ਵੀ ਕ੍ਰਿਮੀਨਲ ਕੇਸ ਨਹੀਂ ਚੱਲ ਸਕਦਾ ਕਿਉਂਕਿ ਉਹ ਫਾਰਮਰ ਪ੍ਰੈਜ਼ੀਡੈਂਟ ਆਫ ਅਮੈਰੀਕਾ ਨੇ। ਇਸ ਚੀਜ਼ ਦੀ, ਇਸ ਜਜਮੈਂਟ ਦੀ ਰੋਸ਼ਨੀ ਦੇ ਵਿੱਚ ਹੀ ਇਨਸਾਫ ਦੀਆਂ ਸਾਰੀਆਂ ਕਾਰਵਾਈਆਂ ਕੀਤੀਆਂ ਜਾਣ ਔਰ ਸਾਰੀਆਂ ਬੇਨਿਯਮੀਆਂ ਨੂੰ ਪਿੱਛੇ ਹਟਾ ਦਿੱਤਾ ਜਾਵੇ ਜਾਂ ਪਿੱਛੇ ਹਟਾ ਦਿੱਤਾ ਜਾਵੇ, ਪਰਾਂ ਕਰ ਦਿੱਤਾ ਜਾਵੇ। ਇਹ ਬਹੁਤ ਇੱਕ ਕੈਲਕੂਲੇਟਿਵ ਵਰਡ ਹੈ, ਪਿੱਛੇ ਹਟਾ ਦਿੱਤਾ ਜਾਵੇ, ਮਤਲਬ ਓਵਰਲੁੱਕ ਕਰ ਦਿਓ, ਓਵਰਸ਼ੈਡੋ ਕਰ ਦਿਓ, ਇਗਨੋਰ ਕਰ ਦਿਓ, ਇਹ ਪਿੱਛੇ ਹਟਾ ਦਿੱਤਾ ਜਾਵੇ, ਅੰਡਰਲਾਈਨ ਕੀਤਾ ਜਾਂਦਾ ਇਸ ਸ਼ਬਦ ਨੂੰ ਬਾਰ ਬਾਰ। ਹਾਲਾਂਕਿ ਮਨੀ ਟ੍ਰਾਇਲ ਕੇਸ, ਸੈਕਸ ਸਕੈਂਡਲ ਕੇਸ, ਇਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਦੋਸ਼ੀ ਪਾਇਆ ਗਿਆ, ਪਰ ਜਿਊਰੀ ਨੂੰ ਅਤੇ ਕੋਰਟਸ ਦੇ ਸਟਾਫ ਨੂੰ, ਜੱਜਿਸ ਨੂੰ ਇਹ ਬਾਰ ਬਾਰ ਉਹ ਇਹ ਕਹਿ ਰਹੇ ਨੇ। ਬਟ ਇੱਕ ਮੁੜ ਵਿਚਾਰ ਕਰਨਾ ਪਏਗਾ ਇਹਦੇ ਉੱਤੇ, ਮੁੜ ਵਿਚਾਰ ਕਰਨਾ ਇਹ ਆ ਕਿ ਜੇ ਕਿਸੇ ਕੇਸ ਦੇ ਵਿੱਚ ਡੋਨਲਡ ਟਰੰਪ ਦੋਸ਼ੀ ਕਰਾਰ ਦਿੱਤੇ ਗਏ, ਸਜ਼ਾ ਹੋ ਜਾਂਦੀ ਹੈ ਜਾਂ ਜੇਲ੍ਹ ਹੋ ਜਾਂਦੀ ਹੈ, ਉਸ ਤੋਂ ਬਾਅਦ ਕੌਂਸਟੀਟਿਊਸ਼ਨ ਆਫ ਅਮੈਰੀਕਾ ਉਹਨਾਂ ਨੂੰ ਕੀ ਹੱਕ ਦਿੰਦਾ? ਜੇਲ੍ਹ ਦੇ ਵਿੱਚੋਂ ਸਰਕਾਰ ਚਲਾਉਣਗੇ ਜੇ ਪ੍ਰੈਜ਼ੀਡੈਂਟ ਬਣ ਜਾਂਦੇ ਹੈ, ਜਾਂ ਜੇਲ੍ਹ ਦੇ ਵਿੱਚੋਂ ਇਲੈਕਸ਼ਨਸ ਲੜ ਸਕਦੇ ਨੇ ਜੇ ਇਲੈਕਸ਼ਨਸ ਤੋਂ ਪਹਿਲਾਂ ਕੁਝ ਇੱਦਾਂ ਦੀ ਕਾਰਵਾਈ ਹੁੰਦੀ ਹੈ? ਇਹ ਤਮਾਮ ਚੀਜ਼ਾਂ ਦੇਖਣ ਵਾਲੀਆਂ ਨੇ। ਔਰ ਡੋਨਲਡ ਟਰੰਪ ਦੀ ਇਹ ਟੀਮ ਕਹਿ ਰਹੀ ਹੈ ਕਿ ਇਹ ਸਭ ਝੂਠੇ ਰੈਕਟਸ ਨੇ, ਇਹਨਾਂ ਝੂਠੇ ਰੈਕਟਸ ਦੇ ਉੱਤੇ ਹੀ ਡੋਨਲਡ ਟਰੰਪ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ ਇੱਕ ਪੋਲੀਟੀਕਲ ਗੇਮ ਖੇਡ ਕੇ। ਸੋ ਮਤਲਬ ਇਹ ਹੈ ਕਿ ਪੋਲੀਟਿਕਸ ਐਂਡ ਲੀਗਲ ਡਿਵੈਲਪਮੈਂਟ ਦੋਵੇਂ ਇਕੱਠੇ ਚੱਲਦੇ ਪਏ ਨੇ। ਹੁਣ ਇਹ ਇੱਕ ਬੜੀ ਵੱਡੀ ਚੁਣੌਤੀਪੂਰਨ ਸਥਿਤੀ ਹੈ ਡੋਨਲਡ ਟਰੰਪ ਵਾਸਤੇ ਦੋਵਾਂ ਚੀਜ਼ਾਂ ਨੂੰ ਫੇਸ ਕਰਨਾ, ਕਿਉਂਕਿ ਆਫਟਰ ਆਲ ਹਿਊਮਨ ਮਾਇੰਡ ਆ, ਸਟ੍ਰੈਸ ਤਾਂ ਹੁੰਦਾ ਹੀ ਹੈ। ਕੋਰਟਸ ਦੇ ਕੇਸਿਸ ਦਾ ਕੀ ਰਿਜ਼ਲਟ ਆਏਗਾ ਉਹਦਾ ਸਟ੍ਰੈਸ ਜ਼ਰੂਰ ਹੈ, ਔਰ ਕਿਤੇ ਨਾ ਕਿਤੇ ਇਹ ਸਟ੍ਰੈਸ ਡੋਨਲਡ ਟਰੰਪ ਦੀ ਰੈਲੀਜ਼ ਦੇ ਵਿੱਚ ਵੀ ਝਲਕਦਾ, ਜਦੋਂ ਉਹ ਸੰਬੋਧਨ ਕਰਦੇ ਨੇ ਸਾਰੇ ਨਾਗਰਿਕਾਂ ਨੂੰ, ਅਮੈਰੀਕਾ ਦਿਆਂ ਨੂੰ, ਜਿਹਦੇ ਵਿੱਚ ਉਹ ਕਾਮਲਾ ਹੈਰਿਸ ਨੂੰ ਲਾਫਿੰਗ ਕਾਮਲਾ ਕਹਿੰਦੇ ਨੇ ਔਰ ਜੋ ਬਾਈਡਨ ਨੂੰ ਸਲੀਪੀ ਬਾਈਡਨ ਕਹਿੰਦੇ ਨੇ, ਤਮਾਮ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਸੋ ਕਿਤੇ ਨਾ ਕਿਤੇ ਉਹ ਚੀਜ਼, ਉਹਨਾਂ ਦਾ ਉਹ ਗੁੱਸਾ ਜਾਂ ਉਹਨਾਂ ਦਾ ਉਹ ਪ੍ਰੈਸ਼ਰ, ਉਹਨਾਂ ਦੀ ਜੋ ਟੈਨਸ਼ਨ ਹੈ, ਉਹ ਕਿਤੇ ਨਾ ਕਿਤੇ ਝਲਕ ਰਹੀ ਹੈ, ਕਿਉਂਕਿ ਫਸਟ ਟਾਈਮ ਇਨ ਦੀ ਇੰਟਾਇਰ ਹਿਸਟਰੀ ਆਫ ਅਮੈਰੀਕਾ, ਅਮੈਰੀਕਾ ਦੇ ਇੱਕ ਐਕਸ ਪ੍ਰੈਜ਼ੀਡੈਂਟ ਦੇ ਉੱਤੇ ਸੈਕਸ ਸਕੈਂਡਲ ਦਾ ਕੇਸ ਔਰ ਉਹਦੇ ਤੱਥ ਸਾਹਮਣੇ ਆ ਰਹੇ ਨੇ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਅਮੈਰੀਕਾ ਬੀਇੰਗ ਦ ਸੁਪਰ ਪਾਵਰ, ਸਾਰੀ ਦੁਨੀਆ ਉਹਨਾਂ ਨੂੰ ਦੇਖਦੀ ਹੈ ਕਿ ਕਿਹੜੇ ਐਥਿਕਸ, ਔਰ ਦੁਨੀਆ ਦੀ ਸਭ ਤੋਂ ਓਲਡੈਸਟ ਡੈਮੋਕ੍ਰੇਸੀ ਹੋਣ ਦੇ ਨਾਤੇ ਕਿਹੜੇ ਐਥਿਕਸ ਦੁਨੀਆ ਦੇ ਸਾਹਮਣੇ ਰੱਖਦੇ ਨੇ ਅਮੈਰੀਕਨਸ, ਅਮੈਰੀਕਾ ਦੇ ਪ੍ਰੈਜ਼ੀਡੈਂਟ, ਪੂਰੀ ਦੁਨੀਆ ਇਸ ਚੀਜ਼ ਨੂੰ ਦੇਖਦੀ ਹੈ। ਹੁਣ ਅਸੀਂ ਗੱਲ ਕੀਤੀ ਸੀ ਨਾਲ ਨਾਟੋ ਕੰਟਰੀਜ਼ ਦੀ। ਸੋ ਨਾਟੋ ਕੰਟਰੀਜ਼ ਦਾ ਇੱਕ ਆਪਣਾ ਮਸਲਾ ਹੈ, ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦੇ ਅੰਦਰ ਇਹ ਸਾਰਾ ਮਸਲਾ ਚੱਲਦਾ ਪਿਆ, ਔਰ ਉਹਦੇ ਵਿੱਚ ਜੈਲਨ ਸਿੰਘ ਕੀ, ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ, ਉਹ ਬੜਾ ਗੱਜ ਵੱਜ ਕੇ ਇਸ ਗੱਲ ਦੇ ਉੱਤੇ ਆਉਂਦੇ ਨੇ ਕਿ ਅਮੈਰੀਕਾ ਖੜ੍ਹਾ ਹੈ ਮੇਰੇ ਨਾਲ, ਨਾਟੋ ਕੰਟਰੀਜ਼ ਖੜੀਆਂ ਨੇ ਮੇਰੇ ਨਾਲ। ਹੁਣ ਇਹਦੇ ਵਿੱਚ ਇੱਕ ਡਿਬੇਟ ਬਣਦੀ ਹੈ, ਚਾਈਨਾ ਨੂੰ ਇੱਕ ਵਿਲਨ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਪੂਰੀ ਦੁਨੀਆ ਦੇ ਵਿੱਚ, ਕਿ ਵਾਕਈ ਚਾਈਨਾ ਇੱਕ ਵਿਲਨ ਹੈ, ਵਾਕਈ ਚਾਈਨਾ ਪੂਰੀ ਦੁਨੀਆ ਦਾ ਦੁਸ਼ਮਣ ਹੈ, ਵਾਕਈ ਚਾਈਨਾ ਵਿਸ਼ਵ ਸ਼ਾਂਤੀ ਦਾ ਦੁਸ਼ਮਣ ਹੈ,
ਵਾਕਈ ਚਾਈਨਾ ਇੰਨਾ ਬੁਰਾ ਹੈ ਜਿੰਨਾ ਦਿਖਾਇਆ ਜਾਂਦਾ ਮੀਡੀਆ ਦੇ ਵਿੱਚ? ਇੱਕ ਮਤਲਬ ਜਿੱਦਾਂ ਇੱਕ ਫਿਲਮ ਦੇ ਵਿੱਚ ਵਿਲਨ ਹੁੰਦਾ ਨਾ, ਬਦਮਾਸ਼ ਹੁੰਦਾ, ਉਸ ਤਰ੍ਹਾਂ ਪੋਰਟਰੇ ਕੀਤਾ ਜਾਂਦਾ। ਹਾਲਾਂਕਿ ਚਾਈਨਾ ਨਾਲ ਕੰਟਰੀਜ਼ ਵਪਾਰ ਵੀ ਕਰਦੀਆਂ ਨੇ, ਅਮੈਰੀਕਾ ਦਾ ਵਪਾਰ ਵੀ ਹੁੰਦਾ ਹੈ, ਐਲਨ ਮਸਕ ਦਾ ਵਪਾਰ ਚੱਲਦਾ ਹੈ ਚੀਨ ਦੇ ਵਿੱਚ, ਔਰ ਕਾਰਸ ਬਣਦੀਆਂ ਨੇ ਅਸੀਂ ਸਾਰੇ ਜਾਣਦੇ ਹਾਂ। ਸੋ ਇਹ ਚੀਜ਼ਾਂ ਨੇ ਕਿ ਚਾਈਨਾ ਦਾ ਕੀ ਰੋਲ ਹੈ ਔਰ ਨਾਲ ਰਸ਼ੀਆ ਕਿੱਥੇ ਖੜ੍ਹਾ ਹੈ। ਨਾਟੋ ਕੰਟਰੀਜ਼ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀਆਂ ਨੇ ਕਿ ਨੌਰਥ ਕੋਰੀਆ, ਰਸ਼ੀਆ, ਚਾਈਨਾ ਤਿੰਨੋਂ ਮਿਲ ਕੇ ਇੱਕ ਹੋ ਗਏ ਨੇ ਔਰ ਇਹ ਤਾਕਤਾਂ ਦੁਨੀਆ ਦੇ ਉੱਤੇ ਇੱਕ ਥਰੈਟ ਨੇ ਤਿੰਨੋਂ ਮਿਲ ਕੇ ਜਦੋਂ ਗੱਲ ਕਰਦੇ ਨੇ, ਕਿਉਂਕਿ ਰੀਸੈਂਟਲੀ ਰਸ਼ੀਆ ਔਰ ਨੌਰਥ ਕੋਰੀਆ ਦੀਆਂ ਨਜ਼ਦੀਕੀਆਂ ਵਧੀਆਂ ਨੇ, ਜਿਸ ਨੂੰ ਚਾਈਨਾ ਵੀ ਕੈਲਕੂਲੇਟ ਕਰ ਰਿਹਾ। ਬਟ ਇਹ ਤਿੰਨੋਂ ਇਕੱਠੇ ਹੋ ਕੇ ਜਦੋਂ ਆਉਂਦੇ ਨੇ ਤਾਂ ਕਿਹਾ ਜਾਂਦਾ ਕਿ ਇਹ ਇੱਕ ਤਾਨਾਸ਼ਾਹੀ ਪੇਸ਼ ਕਰਦੇ ਨੇ ਪੂਰੀ ਦੁਨੀਆ ਦੇ ਵਿੱਚ। ਹੁਣ ਦੇਖਿਆ ਜਾਵੇ ਤਾਂ ਕਿਆ ਇਹ ਵੈਸਟਰਨ ਵਰਲਡ ਜਿਹੜਾ ਹੈ, ਪੱਛਮੀ ਸੱਭਿਅਤਾ ਜਾਂ ਪੱਛਮੀ ਦੁਨੀਆ ਜਿਹੜੀ ਹੈ, ਪੱਛਮੀ ਦੁਨੀਆ ਦੇ ਦੇਸ਼ ਨਾਟੋ ਕੰਟਰੀਜ਼ ਅਮੈਰੀਕਾ ਦੀ ਅਗਵਾਈ ਦੇ ਵਿੱਚ ਇਹ ਤਾਨਾਸ਼ਾਹੀ ਨਹੀਂ ਹੈ? ਇਹ ਦੁਨੀਆ ਦੇ ਵਿੱਚ ਆਪਣੀ ਮਨ ਮਰਜ਼ੀ ਨਹੀਂ ਕਰ ਰਹੇ, ਆਪਣੀ ਮਰਜ਼ੀ ਨਹੀਂ ਚਲਾ ਰਹੇ? ਇਹ ਵੀ ਇੱਕ ਪੁਆਇੰਟ ਬਣਦਾ ਹੈ। ਤੁਸੀਂ ਇਲਜ਼ਾਮ ਲਗਾ ਰਹੇ ਹੋ, ਠੀਕ ਹੈ, ਔਰ ਤੁਸੀਂ ਇਹ ਮੰਨਦੇ ਹੋ ਕਿ ਚਾਈਨਾ ਇੱਕ ਵੱਡਾ ਪਲੇਅਰ ਹੈ ਔਰ ਉਹਦੀ ਮਰਜ਼ੀ ਦੇ ਉੱਤੇ ਹੀ ਇਸ ਯੂਕਰੇਨ ਦਾ ਵਾਰ ਕੀ ਹੋਏਗਾ ਉਹਦਾ ਰਿਜ਼ਲਟ ਆਉਂਦਾ ਹੈ, ਉਹਦਾ ਰਿਜ਼ਲਟ ਨਿਰਭਰ ਕਰਦਾ ਹੈ, ਬਟ ਤੁਸੀਂ ਆਪ ਕੀ ਕਰ ਰਹੇ ਹੋ? ਇਹ ਵੀ ਚੀਜ਼ ਦੇਖਣ ਵਾਲੀ ਬਣਦੀ ਹੈ। ਔਰ ਇਹਦੇ ਵਿੱਚ ਇੱਕ ਪੁਆਇੰਟ ਇਹ ਆਉਂਦਾ ਕਿ ਯੂਕਰੇਨ ਦੇ ਵਿੱਚ ਜੇ ਵਾਰ ਹੋ ਰਹੀ ਹੈ, ਇਜ਼ਰਾਈਲ ਫਿਲਿਸਤੀਨ ਦੀ ਵਾਰ ਹੋ ਰਹੀ ਹੈ, ਤਾਂ ਉਹਦੇ ਵਿੱਚ ਤੁਸੀਂ ਕਿਹੜਾ ਰੋਲ ਅਦਾ ਕਰ ਰਹੇ ਹੋ? ਇੱਕ ਪਾਸੇ ਤੁਸੀਂ ਕਹਿੰਦੇ ਹੋ ਸ਼ਰਨਾਰਥੀਆਂ ਨੂੰ ਮਦਦ ਦੇਣੀ ਹੈ, ਇੱਕ ਪਾਸੇ ਤੁਸੀਂ ਕਹਿੰਦੇ ਹੋ ਸ਼ਰਨਾਰਥੀਆਂ ਨੂੰ ਖਾਣਾ ਦੇਣਾ ਹੈ, ਰਸਦ ਦੇਣੀ ਹੈ, ਉਹਨਾਂ ਨੂੰ ਸ਼ਰਨਾਰਥੀ ਕੈਂਪਾਂ 'ਚ ਲਿਆਂਦਾ ਜਾਵੇ, ਔਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਹਥਿਆਰ ਭੇਜੋ, ਹਥਿਆਰ ਸਪਲਾਈ ਕਰੋ, ਤੁਹਾਨੂੰ ਆਪਣੀ ਆਜ਼ਾਦੀ ਵਾਸਤੇ ਲੜਨਾ ਚਾਹੀਦਾ। ਇਹ ਹੁਣ ਇਹ ਦੋ ਮੂੰਹੀ ਗੱਲ ਕਿਉਂ ਹੋ ਰਹੀ ਹੈ? ਡਬਲ ਗੱਲਾਂ ਕਿਉਂ? ਡਬਲ ਸਟੈਂਡਰਡ ਕਿਉਂ? ਦੋ ਧਾਰੀ ਤਲਵਾਰ ਕਿਉਂ? ਇਹ ਸਭ ਚੀਜ਼ਾਂ। ਔਰ ਇਹਦੇ ਵਿੱਚ ਇੰਡੀਆ ਦਾ ਜੋ ਪਾਰਟ ਹੈ ਉਹ ਇਹ ਹੈ ਕਿ ਇੰਡੀਆ ਕਿਹਦੇ ਸਮਰਥਨ ਦੇ ਵਿੱਚ ਹੈ। ਰਸ਼ੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਦੀ ਵਿਜ਼ਿਟ ਨੂੰ ਦੇਖਿਆ ਜਾ ਰਿਹਾ ਕਿ ਉਹ ਕਿੱਧਰ ਹੱਕ ਦੇ ਵਿੱਚ ਆਪਣੀ ਸਟੇਟਮੈਂਟ ਦਿੰਦੇ ਨੇ, ਔਰ ਕਿੱਦਾਂ ਇਜ਼ਰਾਈਲ ਦੇ ਵਿੱਚ, ਫਿਲਿਸਤੀਨ ਦੇ ਵਿੱਚ ਆਪਣੀ ਸਟੇਟਮੈਂਟ ਦਿੰਦੇ ਨੇ, ਔਰ ਕਿੱਦਾਂ ਫਿਲਿਸਤੀਨ ਦੇ ਵਿੱਚ ਆਪਣੇ ਬੰਦੇ ਭੇਜਦੇ ਨੇ ਮਦਦ ਵਾਸਤੇ ਇੰਡੀਆ ਉੱਤੇ, ਇਹ ਵੀ ਗੱਲਾਂ ਆ ਰਹੀਆਂ ਨੇ। ਔਰ ਕਿੱਦਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਕਹਿੰਦੇ ਨੇ ਕਿ ਅਸੀਂ ਇੰਡੀਆ ਦੇ ਜਿਹੜੇ ਬੰਦੇ ਯੂਕਰੇਨ ਵਿੱਚ ਫਸੇ ਹੋਏ ਨੇ ਜਾਂ ਰਸ਼ੀਆ ਦੀ ਆਰਮੀ ਦੇ ਵਿੱਚ ਨੇ ਉਹਨੂੰ ਕਿੱਦਾਂ ਵਾਪਸ ਭੇਜਾਂਗੇ। ਸੋ ਇੰਡੀਆ ਦਾ ਕੀ ਸਟੈਂਡ ਹੈ ਇਹ ਵੀ ਕਲੀਅਰ ਹੋਣਾ ਜ਼ਰੂਰੀ ਹੈ। ਸੋ ਇਹ ਤਮਾਮ ਤਰ੍ਹਾਂ ਦੇ ਮਸਲੇ ਨੇ ਜੋ ਚੱਲਦੇ ਪਏ ਨੇ। ਔਰ ਪੰਜਾਬ ਦਾ ਮਸਲਾ ਜੇ ਲਵੋ ਤਾਂ ਉਹ ਕਰਜ਼ੇ ਵਿੱਚ ਡੁੱਬੀ ਹੋਈ ਸਟੇਟ ਹੈ, ਕਿਵੇਂ ਬਾਹਰ ਕੱਢਣਾ ਇਹ ਸਾਰੇ ਪੰਜਾਬੀਆਂ ਨੂੰ ਸੋਚਣਾ ਪੈਣਾ। ਸੋ ਮੁੱਦਾ ਦੇ ਵਿੱਚ ਅਸੀਂ ਹੋਰ ਮੁੱਦੇ ਲੈ ਕੇ ਤੁਹਾਡੇ ਨਾਲ ਜ਼ਰੂਰ ਡਿਬੇਟ ਕਰਾਂਗੇ, ਗੱਲਬਾਤ ਕਰਾਂਗੇ। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਮੁੱਦਾ। ਪ੍ਰੋਗਰਾਮ ਦੇ ਨਾਲ ਨਾਲ ਤੁਸੀਂ ਪੰਜਾਬ ਮਿਲ USA TV ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।